ਮਾਨਸਾ ਦੀ ਡੀਸੀ ਰਹਿਸ਼ ਦੇ ਅੱਗੇ ਪਾਣੀ ਖੜਾ ਹੈ। ਮਾਨਸਾ ਸਿਰਸਾ ਰੋਡ ਪੂਰੀ ਤਰ੍ਹਾਂ ਜਲਥਲ ਹੋਈ ਪਈ ਹੈ। ਕੁਛ ਸਮੇਂ ਦੀ ਬਰਸਾਤ ਨੇ ਮਾਨਸਾ ਸਿਰਸਾ ਰੋਡ ਤੇ 3 ਤੋਂ 4 ਫੁੱਟ ਪਾਣੀ ਹੈ ਜਿਹੜਾ ਉਹ ਭਰ ਦਿੱਤਾ ਹੈ। ਤਸਵੀਰਾਂ 'ਚ ਵੇਖ ਸਕਦੇ ਹੋ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲੋਕਾਂ ਨੂੰ ਥੋੜੀ ਜਿਹੀ ਦੂਰੀ ਤੈਅ ਕਰਨ ਵਾਸਤੇ ਕਈ ਕਿਲੋਮੀਟਰ ਦਾ ਫਾਸਲਾ ਹੈ ਜਿਹੜਾ ਉਹ ਤੈਅ ਕਰਨਾ ਪਾਉਂਦਾ ਹੈ ਤੇ ਇਸੇ ਕਰਕੇ ਵੱਡੇ ਪੱਧਰ ਤੇ ਇਸ ਜਗ੍ਹਾ ਤੇ ਪਾਣੀ ਭਰਦਾ ਕਿਉਂਕਿ ਲਗਾਤਾਰ ਪਾਣੀ ਦੇ ਲੋਕ ਸਮੱਸਿਆ ਦੇ ਕਾਰਨ ਕਾਫੀ ਪਰੇਸ਼ਾਨੀ ਦੇ ਆਲਮ ਦੇ ਵਿੱਚ ਨੇ। ਇਸ ਜਗ੍ਹਾ ਤੇ ਥੋੜੀ ਜਿਹੀ ਬਰਸਾਤ ਪੂਰੇ ਮਾਨਸਾ ਦੇ ਲਈ ਰਸਤਾ ਬਲੌਕ ਕਰ ਦਿੰਦੀ ਹੈ ਕਿਉਂਕਿ ਇਹ ਜਗ੍ਹਾ ਮਾਨਸਾ ਸ਼ਹਿਰ ਦੇ ਅੰਦਰ ਵੀ ਜਾਂਦੀ ਹੈ ਇਹ ਰਸਤਾ ਹੈ ਜਿਹੜਾ ਅਤੇ ਮਾਨਸਾ ਸਿਰਸਾ ਰੋਡ ਨੂੰ ਜਾ ਰਿਹਾ ਹੈ ਤੇ ਆਹ ਜਿਹੜੀ ਕੰਧ ਤੁਸੀਂ ਵੇਖਦੇ ਹੋ ਇਹ ਡਿਪਟੀ ਕਮਿਸ਼ਨਰ ਦਫ਼ਤਰ ਮਾਫ਼ ਕਰਨਾ ਕਾਰਿਆਲਿਆ ਪਲੱਸ ਰਹਿਸ਼ ਹੈ ਜਿਹੜੀ ਮਾਨਸਾ ਦੇ ਡੀਸੀ ਦੀ ਹੈ ਜਿੱਥੇ ਪਹਿਲਾਂ ਪਾਣੀ ਨੇ ਇਸ ਦੀ ਕੰਧ ਹੈ ਜਿਹੜੀ ਉਹ ਤੋੜ ਦਿੱਤੀ ਸੀ ਪਰੰਤੂ ਹੁਣ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਡੀਸੀ ਨੇ ਪਾਣੀ ਤੋਂ ਬਚਣ ਦੇ ਲਈ ਕਿਵੇਂ ਜਿਹੜੇ ਆਪਣੇ ਪ੍ਰਬੰਧ ਹੈ ਉਹ ਕੀਤੇ ਹੋਏ ਹੈ ਕਿਉਂਕਿ ਹਰ ਵਾਰ ਡੀਸੀ ਰਹਿਸ਼ ਦੇ ਅੰਦਰ ਪਾਣੀ ਹੈ ਜਿਹੜਾ ਉਹ ਭਰ ਜਾਂਦਾ ਸੀ ਅਤੇ ਹੁਣ ਇਸ ਸਮੱਸਿਆ ਦਾ ਸਥਾਈ ਹੱਲ ਨਾ ਕੱਢ ਕੇ ਡਿਪਟੀ ਕਮਿਸ਼ਨਰ ਦੇ ਜਿਹੜੇ ਸਟਾਫ ਹੈ ਉਹਨਾਂ ਨੇ ਇਹ ਹੱਲ ਹੈ ਜਿਹੜਾ ਲੱਭਿਆ ਕਿਉਂਕਿ ਪਾਣੀ ਅੰਦਰ ਹੈ ਜਿਹੜਾ ਕੁਛ ਸਮਾਂ ਪਹਿਲਾਂ ਅੰਦਰ ਜਾਣ ਦੇ ਉਹ ਸੀਗਾ ਅਤੇ ਹੁਣ ਤੁਸੀਂ ਵੇਖੋਗੇ ਕਿਸ ਤਰ੍ਹਾਂ ਡੀਸੀ ਦੀ ਰਹਿਸ਼ 'ਤੇ ਪਾਣੀ ਨੂੰ ਰੋਕਣ ਦੇ ਲਈ ਪ੍ਰਬੰਧ ਹੈ ਜਿਹੜਾ ਆਰਜੀ ਕੀਤਾ ਗਿਆ ਗੱਟੇ ਲਾਏ ਹੋਏ ਆ ਕਿਉਂਕਿ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਇਹ ਪ੍ਰਬੰਧ ਹੈ ਜਿਹੜਾ ਕੀਤਾ ਹੋਇਆ ਅਤੇ ਇਸ ਕਾਰਨ ਲਗਾਤਾਰ ਥੋੜ੍ਹੀ ਜਿਹੀ ਬਰਸਾਤ ਹੈ ਜਿਹੜੀ ਉਹ ਪੂਰੇ ਮਾਨਸਾ ਨੂੰ ਜਲਥਲ ਕਰ ਦਿੰਦੀ ਹੈ। ਅਧਿਕਾਰੀਆਂ ਦੇ ਰਹਿਸ਼ 'ਤੇ ਇਹੋ ਜਿਹੇ ਪ੍ਰਬੰਧ ਹੈ ਜਿਹੜੇ ਕੀਤੇ ਹੋਏ ਹੈ ਅਤੇ ਜਿਸ ਤੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਕਿ ਪੂਰਾ ਸ਼ਹਿਰ ਜਲਥਲ ਹੋਇਆ ਪਿਆ। ਹੁਣ ਇਸ ਲਈ ਕੌਣ ਜ਼ਿੰਮੇਵਾਰ ਹੈ ਕਿ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ, ਮਾਨਸਾ ਦਾ ਡਿਪਟੀ ਕਮਿਸ਼ਨਰ ਜਾਂ ਫਿਰ ਇੱਥੋਂ ਦੀ ਨਗਰ ਕੌਂਸਲ ਆਪਣੀ ਜ਼ਿੰਮੇਵਾਰੀ ਤੈਅ ਕਰੇ ਤਾਂ ਕਿ ਹਰ ਸਾਲ ਲੋਕਾਂ ਨੂੰ ਅਜਿਹੀ ਸਮੱਸਿਆ ਦਾ ਹੱਲ ਜਿਹੜਾ ਸਾਹਮਣਾ ਨਾ ਕਰਨਾ ਪਵੇ। ਦਲੀਪ ਸ਼ਰਮਾ, ਨਿਊਜ਼ 18, ਮਾਨਸਾ। ਮਾਨਸਾ ਦੀ ਡੀਸੀ ਰਹਿਸ਼ ਦੇ ਅੱਗੇ ਪਾਣੀ ਖੜਾ ਹੈ। ਮਾਨਸਾ ਸਿਰਸਾ ਰੋਡ ਪੂਰੀ ਤਰ੍ਹਾਂ ਜਲਥਲ ਹੋਈ ਪਈ ਹੈ। ਕੁਛ ਸਮੇਂ ਦੀ ਬਰਸਾਤ ਨੇ ਮਾਨਸਾ ਸਿਰਸਾ ਰੋਡ ਤੇ 3 ਤੋਂ 4 ਫੁੱਟ ਪਾਣੀ ਹੈ ਜਿਹੜਾ ਉਹ ਭਰ ਦਿੱਤਾ ਹੈ। ਤਸਵੀਰਾਂ 'ਚ ਵੇਖ ਸਕਦੇ ਹੋ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲੋਕਾਂ ਨੂੰ ਥੋੜ੍ਹੀ ਜਿਹੀ ਦੂਰੀ ਤੈਅ ਕਰਨ ਵਾਸਤੇ ਕਈ ਕਿਲੋਮੀਟਰ ਦਾ ਫਾਸਲਾ ਹੈ ਜਿਹੜਾ ਉਹ ਤੈਅ ਕਰਨਾ ਪਾਉਂਦਾ ਹੈ ਤੇ ਇਸੇ ਕਰਕੇ ਵੱਡੇ ਪੱਧਰ ਤੇ ਇਸ ਜਗ੍ਹਾ ਤੇ ਪਾਣੀ ਭਰਦਾ ਕਿਉਂਕਿ ਲਗਾਤਾਰ ਪਾਣੀ ਦੇ ਲੋਕ ਸਮੱਸਿਆ ਦੇ ਕਾਰਨ ਕਾਫੀ ਪਰੇਸ਼ਾਨੀ ਦੇ ਆਲਮ ਦੇ ਵਿੱਚ ਨੇ। ਇਸ ਜਗ੍ਹਾ ਤੇ ਥੋੜ੍ਹੀ ਜਿਹੀ ਬਰਸਾਤ ਪੂਰੇ ਮਾਨਸਾ ਦੇ ਲਈ ਰਸਤਾ ਬਲੌਕ ਕਰ ਦਿੰਦੀ ਹੈ ਕਿਉਂਕਿ ਇਹ ਜਗ੍ਹਾ ਮਾਨਸਾ ਸ਼ਹਿਰ ਦੇ ਅੰਦਰ ਵੀ ਜਾਂਦੀ ਹੈ ਇਹ ਰਸਤਾ ਹੈ ਜਿਹੜਾ ਅਤੇ ਮਾਨਸਾ ਸਿਰਸਾ ਰੋਡ ਨੂੰ ਜਾ ਰਿਹਾ ਹੈ ਤੇ ਆਹ ਜਿਹੜੀ ਕੰਧ ਤੁਸੀਂ ਵੇਖਦੇ ਹੋ ਇਹ ਡਿਪਟੀ ਕਮਿਸ਼ਨਰ ਦਫ਼ਤਰ ਮਾਫ਼ ਕਰਨਾ ਕਾਰਿਆਲਿਆ ਪਲੱਸ ਰਹਿਸ਼ ਹੈ ਜਿਹੜੀ ਮਾਨਸਾ ਦੇ ਡੀਸੀ ਦੀ ਹੈ ਜਿੱਥੇ ਪਹਿਲਾਂ ਪਾਣੀ ਨੇ ਇਸ ਦੀ ਕੰਧ ਹੈ ਜਿਹੜੀ ਉਹ ਤੋੜ ਦਿੱਤੀ ਸੀ ਪਰੰਤੂ ਹੁਣ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਡੀਸੀ ਨੇ ਪਾਣੀ
ਤੋਂ ਬਚਣ ਦੇ ਲਈ ਕਿਵੇਂ ਜਿਹੜੇ ਆਪਣੇ ਪ੍ਰਬੰਧ ਹੈ ਉਹ ਕੀਤੇ ਹੋਏ ਹੈ, ਕਿਉਂਕਿ ਹਰ ਵਾਰ ਡੀਸੀ ਰਹਿਸ਼ ਦੇ ਅੰਦਰ ਪਾਣੀ ਹੈ ਜਿਹੜਾ ਉਹ ਭਰ ਜਾਂਦਾ ਸੀ ਅਤੇ ਹੁਣ ਇਸ ਸਮੱਸਿਆ ਦਾ ਸਥਾਈ ਹੱਲ ਨਾ ਕੱਢ ਕੇ ਡਿਪਟੀ ਕਮਿਸ਼ਨਰ ਦੇ ਜਿਹੜੇ ਸਟਾਫ ਹੈ ਉਹਨਾਂ ਨੇ ਇਹ ਹੱਲ ਹੈ ਜਿਹੜਾ ਲੱਭਿਆ, ਕਿਉਂਕਿ ਪਾਣੀ ਅੰਦਰ ਹੈ ਜਿਹੜਾ ਕੁਛ ਸਮਾਂ ਪਹਿਲਾਂ ਅੰਦਰ ਜਾਣ ਦੇ ਉਹ ਸੀਗਾ ਅਤੇ ਹੁਣ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਡੀਸੀ ਦੀ ਰਹਿਸ਼ 'ਤੇ ਪਾਣੀ ਨੂੰ ਰੋਕਣ ਦੇ ਲਈ ਪ੍ਰਬੰਧ ਹੈ ਜਿਹੜਾ ਆਰਜੀ ਕੀਤਾ ਗਿਆ, ਗੱਟੇ ਲਾਏ ਹੋਏ ਆ, ਕਿਉਂਕਿ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਇਹ ਪ੍ਰਬੰਧ ਹੈ ਜਿਹੜਾ ਕੀਤਾ ਹੋਇਆ ਅਤੇ ਇਸ ਕਾਰਨ ਲਗਾਤਾਰ ਥੋੜ੍ਹੀ ਜਿਹੀ ਬਰਸਾਤ ਹੈ ਜਿਹੜੀ ਉਹ ਪੂਰੇ ਮਾਨਸਾ ਨੂੰ ਜਲਥਲ ਕਰ ਦਿੰਦੀ ਹੈ। ਅਧਿਕਾਰੀਆਂ ਦੇ ਰਹਿਸ਼ 'ਤੇ ਇਹੋ ਜਿਹੇ ਪ੍ਰਬੰਧ ਹੈ ਜਿਹੜੇ ਕੀਤੇ ਹੋਏ ਹੈ ਅਤੇ ਜਿਸ ਤੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਕਿ ਪੂਰਾ ਸ਼ਹਿਰ ਜਲਥਲ ਹੋਇਆ ਪਿਆ। ਹੁਣ ਇਸ ਲਈ ਕੌਣ ਜ਼ਿੰਮੇਵਾਰ ਹੈ ਕਿ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ? ਮਾਨਸਾ ਦਾ ਡਿਪਟੀ ਕਮਿਸ਼ਨਰ ਜਾਂ ਫਿਰ ਇੱਥੋਂ ਦੀ ਨਗਰ ਕੌਂਸਲ ਆਪਣੀ ਜ਼ਿੰਮੇਵਾਰੀ ਤੈਅ ਕਰੇ ਤਾਂ ਕਿ ਹਰ ਸਾਲ ਲੋਕਾਂ ਨੂੰ ਅਜਿਹੀ ਸਮੱਸਿਆ ਦਾ ਹੱਲ ਜਿਹੜਾ ਸਾਹਮਣਾ ਨਾ ਕਰਨਾ ਪਵੇ। ਦਲੀਪ ਸ਼ਰਮਾ, ਨਿਊਜ਼ 18, ਮਾਨਸਾ।